ਅੱਜ ਕਿਸੇ ਦੀਆਂ ਤਿੰਨ ਧੀਆਂ ਹੋ ਜਾਣ ਨਾ, ਕਿਆਨੀ ਸਾਹਿਬ ਜੁਮਲੇ ਸੁਣਿਓ, ਅਤੇ ਸਾਸਾਂ ਦੀ ਮੈਂ ਨਹੀਂ ਇਹਨੂੰ ਰੱਖਣਾ, ਇਹ ਮਨਹੂਸ ਹੈ, ਇਹਦਾ ਪੁੱਤਰ ਨਹੀਂ ਹੁੰਦਾ। ਇੱਧਰ ਜੁਮਲੇ ਸੁਣਿਓ, ਸਾਡੇ ਵਿੱਚ ਕਿਹੜੀਆਂ ਬੁਰਾਈਆਂ ਨੇ। ਮੈਂ ਅਗਲੇ ਦਿਨ ਇੱਕ ਸੱਸ ਨੂੰ ਆਖਿਆ, ਮੈਂ ਕਿਹਾ ਤਾਈ ਜੀ ਮੇਰੇ ਹੱਥਾਂ ਵੱਲ ਵੇਖੋ ਅਤੇ ਨੂੰਹ ਨੂੰ ਤਲਾਕ ਨਾ ਦਵਾਓ। ਕਹਿੰਦੀ ਕਾਰੀ ਸਾਹਿਬ 6 ਸਾਲ ਵਿਆਹ ਨੂੰ ਹੋ ਗਏ ਨੇ, 4 ਧੀਆਂ ਜੰਮ ਛੱਡੀਆਂ ਸੂ। ਐਸੇ ਜੁਮਲੇ ਬੋਲਦੇ ਨੇ ਦਿਲ ਚੀਰ ਕੇ ਰੱਖ ਛੱਡਦੀ ਨੂੰ, 4 ਧੀਆਂ ਜੰਮ ਛੱਡੀਆਂ ਨੇ। ਮੈਂ ਆਖਿਆ ਇੱਧਰ ਜੁਮਲੇ ਸੁਣਿਆ, ਤੇਰਾ ਮਜਮਾ ਲੱਗਾ, ਇੰਨੀ ਦੁਨੀਆ ਆਈ ਬੈਠੀ, ਆਹ ਲਾਲ ਐਲਾਨ ਜੁਮਲੇ ਦੇ ਰਿਹਾ। ਬਾਬਾ ਤੁਸੀਂ, ਤੁਹਾਡੇ 'ਤੇ ਫੈਸਲਾ ਹੈ, ਇਹ ਚਿੱਟੀਆਂ ਦਾੜੀਆਂ ਵਾਲੇ ਬੈਠੇ ਹੋ, ਧੀਆਂ ਦੇਣ ਵਾਲਾ ਕੌਣ ਹੈ? ਇੰਝ ਨਹੀਂ, ਉੱਚੀ ਬੋਲ, ਧੀਆਂ ਦੇਣ ਵਾਲਾ ਕੌਣ ਹੈ? ਫਿਰ ਬੋਲ, ਧੀਆਂ ਦੇਣ ਵਾਲਾ ਕੌਣ ਹੈ? ਅੱਲਾ ਦਾ ਨਾਂ ਲੈਣ ਲੱਗਿਆ ਵੀ ਡਰਦੇ ਹੋ, ਧੀਆਂ ਦੇਣ ਵਾਲਾ ਕੌਣ ਹੈ? ਹੱਥ ਬੁਲੰਦ ਕਰਕੇ ਬੋਲੋ, ਧੀਆਂ ਦੇਣ ਵਾਲਾ ਕੌਣ ਹੈ? ਪੁੱਤਰ ਦੇਣ ਵਾਲਾ ਕੌਣ ਹੈ? ਅਤੇ ਨੂੰਹ ਨੂੰ ਤਲਾਕ ਕਿਉਂ ਪਿਆਉਂਦੀ? ਬਾਬਾ ਜੀ ਇਹਦੇ ਵਾਸਤੇ ਨਹੀਂ, ਅੱਲਾ ਕੁਰਾਨ 'ਚ ਫਰਮਾਉਂਦਾ, ਮੈਂ ਜਿਹਨੂੰ ਚਾਹਵਾਂ ਪੁੱਤਰ ਦੇਵਾਂ ਅਤੇ ਜਿਹਨੂੰ ਚਾਹਵਾਂ ਧੀ ਦੇਵਾਂ ਅਤੇ ਜਿਹਨੂੰ ਚਾਹਵਾਂ ਬਾਂਝ ਰੱਖਾਂ, ਕੁਝ ਵੀ ਨਾ ਦੇਵਾਂ। ਹੁਣ ਕਸੂਰ ਇਹਦਾ ਮੁੰਡੇ ਦਾ, ਕਸੂਰ ਕੁੜੀ ਦਾ। ਇੱਧਰ ਜੁਮਲੇ ਸੁਣੋ, ਬੜੀਆਂ ਤਲਾਕਾਂ ਹੋ ਗਈਆਂ ਇਸ ਵਜ੍ਹਾ ਤੋਂ ਕਿ ਮੁੰਡਾ ਨਹੀਂ ਵਿਆਹੁੰਦਾ, ਅਤੇ ਕਈਆਂ ਦੂਸਰੇ ਵਿਆਹ ਕਰ ਲੈਣ ਵੀ ਮੈਂ ਮੁੰਡਾ ਲੈਣਾ, ਬੇਟਾ ਨਹੀਂ ਹੋ ਰਿਹਾ, ਬੇਟੀਆਂ ਹੋ ਰਹੀਆਂ ਨੇ। ਪਰ ਤੈਨੂੰ ਇੱਕ ਗੱਲ ਦੱਸਾਂ, ਡੇਰੇ ਜੰਮੂ ਵਾਲੇ ਅੱਜ ਮੇਰੇ ਵੱਲ ਵੇਖੀ, ਸੁਲਤਾਨੀ ਜੁਮਲਾ ਦੇਣ ਲੱਗੀ, ਤੈਨੂੰ ਇੱਕ ਗੱਲ ਦੱਸਾਂ, ਪੁੱਤਰ 7 ਵੀ ਹੋਣ ਨਾ ਅਤੇ ਧੀ 1 ਵੀ ਹੋਵੇ ਨਾ, ਅਤੇ ਜਿਵੇਂ ਧੀ 1 ਪਿਆਰ ਕਰਦੀ, 7 ਪੁੱਤਰ ਵੀ ਉਂਝ ਪਿਆਰ ਕਰਦੇ। ਬੋਲੋ, ਕਰਦੇ ਜੁੰਝ? ਨਹੀਂ ਕਰਦੇ, ਧੀਆਂ ਬੜਾ ਪਿਆਰ, ਤੁਹਾਡੀ ਵੀ ਧੀ ਮੇਰੀ ਵੀ ਕਿਵਲਾ। ਜਦੋਂ ਬਾਪ ਥੱਕਿਆ ਘਰ ਆਵੇ, ਪੁੱਤਰ ਤਾਂ ਨਹੀਂ ਆਉਂਦਾ, ਆਬਾ ਜੀ ਪਾਣੀ ਲੈ ਕੇ ਆਵਾਂ? ਉਹ ਆਉਂਦੇ ਜੇ, ਕਦੀ ਪੁੱਤਰ ਨੇ ਆਖਿਆ ਹੋਵੇ ਆਬਾ ਜੀ ਬਹੁਤ ਤੁਸੀਂ, ਮੈਂ ਪਾਣੀ ਲੈ ਕੇ ਆਉਂਦਾ, ਪੁੱਤਰ ਆਉਂਦਾ ਕਰਦਾ ਤਾਂ ਸਾਣ ਕਰਦਾ? ਆਉਂਦੇ ਨੇ ਕਿ ਨਹੀਂ ਆਉਂਦੇ? ਉਲਟੇ, ਅੱਬਾ ਕਰਦਾ ਤਾਂ ਸਾਣ ਕਰਦਾ, ਪੂਰੇ ਪਿੰਡ ਦੇ ਅੱਬੇ ਪੇ ਕਰਦੇ ਨੇ। ਅਗਰ ਅੱਬੇ ਨੇ ਮਿਹਨਤ ਕੀਤੀ ਤਾਂ ਸਾਣ ਕੀਤਾ ਸੁ। ਇੱਧਰ ਵੇਖੋ, ਧੀਆਂ ਪਤਾ ਕੀ ਆਉਂਦੀਆਂ ਨੇ, ਅਬੂ ਜੀ ਦਵਾਈ ਖਾਧੀ ਜੇ, ਅਬੂ ਜੀ ਰੋਟੀ ਖਾਧੀ ਜੇ, ਦੁਪਹਿਰ ਦਾ ਖਾਣਾ ਖਾਧਾ ਜੇ, ਹਾਂ ਧੀਏ ਮੈਂ ਖਾਧਾ। ਧੀਆਂ ਇੰਝ ਪਿਆਰ ਕਰਦੀਆਂ ਨੇ ਪਿਓ ਨਾਲ, ਰੱਬੇ ਕਾਬਾ ਦੀ ਕਸਮੇ ਬਾਬਾ ਜੁਮਲੇ ਸੁਣਿਆ ਜੇ, ਐਸੀ ਮੈਂ ਮਾਂ ਦੀ ਸ਼ਾਨ ਤੁਹਾਨੂੰ ਦੱਸੀ, ਬੇਟੀ ਦੀ ਸ਼ਾਨ ਦੱਸੀ, ਹੁਣ ਅੱਬੇ ਦੀ ਸ਼ਾਨ ਸੁਣਾਵਾਂ? ਜਿਹੜੇ ਅੱਬੇ ਬੈਠੇ ਉਹ ਹੱਥ ਚੁੱਕ ਕੇ ਬੋਲੋ ਸੁਭਾਨ ਅੱਲਾ। ਆਖਰੀ ਗੱਲ ਕਰਾਂਗਾ, 1 ਵਜੇ ਦੁਆ ਦਾ ਟਾਈਮ ਹੈ, ਤੂੰ ਜੁਮਲੇ ਸੁਣਿਆ ਜੇ, ਐਸੀ ਮਾਂ ਦੀ ਸ਼ਾਨ ਦੱਸੀ, ਮਾਂ ਦਿਆਂ ਪੈਰਾਂ ਥੱਲੇ ਕੀ ਹੈ? ਉੱਚੀ ਬੋਲੋ, ਮਾਂ ਦਿਆਂ ਪੈਰਾਂ ਥੱਲੇ, ਮਾਂ ਦਿਆਂ ਕਦਮਾਂ ਥੱਲੇ, ਤੇ ਬਾਪ ਜੰਨਤ ਦਾ ਦਰਮਿਆਨੀ ਦਰਵਾਜ਼ਾ ਜੇ, ਬਾਪ ਜੰਨਤ ਦਾ। ਇਹ ਸਾਰੇ ਬੈਠੇ ਹੋ, ਸਾਰੇ ਬੈਠੇ ਹੋ ਨਾ, ਜੁਮਲੇ ਸੁਣਿਓ, ਉਹ ਬੱਚਿਓ ਇੱਧਰ ਆ ਜਾਓ, ਪੁੱਤਰ ਇੱਥੇ ਆ ਕੇ ਬਹਿ ਜਾਓ, ਇੱਧਰ ਤਵੱਜੋ ਕਰੋ, ਗੱਲ ਬੜੀ ਸੁਣਨ ਵਾਲੀ ਜੇ। ਬਾਪ ਜੰਨਤ ਦਾ ਕੀ ਹੈ? ਅਗਲੇ ਦਿਨ ਮੈਂ ਇੱਕ ਨੂੰ ਆਖਿਆ, ਮੈਂ ਕਿਹਾ ਮਾਂ ਪਿਓ ਦੀ ਖਿਦਮਤ ਕਰਨਾ, ਆਹ ਗੱਲ ਬੜੀ ਸੁਣਨ ਵਾਲੀ ਜੇ, ਮਾਂ ਪਿਓ ਦੀ ਸੇਵਾ ਕਰਨਾ। ਕਿਆਨੀ ਸਾਹਿਬ ਆਂਦਾ ਅੰਮਾ ਦੀ ਕਰਨਾ, ਮੈਂ ਕਿਹਾ ਅੱਬੇ ਦੀ ਕਿਉਂ? ਕਹਿੰਦਾ ਨਬੀ ਪਾਕ ਨੇ ਨਹੀਂ ਫਰਮਾਇਆ ਵੀ 3 ਹੀ ਸੇ ਮਾਂ ਦੇ ਨੇ? ਕਿੰਨੇ ਸੇ ਬਾਬੇ? ਉਹ 3 ਹੀ ਸੇ ਕਿਹਦੇ ਨੇ? ਉਹ ਬੜੇ ਬੜੇ ਹੁਸ਼ਿਆਰ ਬੱਚੇ ਵੀ ਹੈ।